ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਾਗੀ ਸੁਖਦੀਪ ਬਾਈ ਫੁੱਟਬਾਲ ਦਾ ਵਰਲਡ ਕੱਪ ਚੱਲੀ ਜਾਂਦਾ ਆ ਤੇ ਕੱਲ ਨਾ ਕੁਆਰਟਰ ਫਾਈਨਲ ਮੈਚ ਸੀਗੇ ਤੇ ਪੁਰਤਗਾਲ ਨੂੰ ਅ ਮਰਾਕੋ ਜਿਹੜਾ ਦੇਸ਼ ਆ ਅਫਰੀਕਾ ਦਾ ਉਹਨੇ ਹਰਾਇਆ ਆ ਤੇ 1-0 ਨਾਲ ਤੇ ਇੰਗਲੈਂਡ ਨੂੰ ਫਰਾਂਸ ਨੇ ਹਰਾਇਆ 2-1 ਨਾਲ ਤੇ ਮੈਚ ਤੋਂ ਬਾਅਦ ਜਿਹੜਾ ਪੁਰਤਗਾਲ ਦਾ ਕੈਪਟਨ ਸੀਗਾ ਪੇਪੇ ਹਨਾ ਉਦਾਂ ਕੈਪਟਰ ਨਾਲਡੂਆ ਉਹਨਾਂ ਦਾ ਬਟ ਉਹ ਸਟਾਰਟਿੰਗ 11 ਚ ਨਹੀਂ ਸੀਗਾ ਤੇ ਜਿਹੜਾ ਕੈਪਟਨ ਉਹਨਾਂ ਦਾ ਪੇਪੇ ਉਹਨੇ ਇੱਕ ਇਲਜ਼ਾਮ ਲਾਇਆ ਕਹਿੰਦਾ ਵੀ ਬਰਾਜ਼ੀਲ ਦੇ ਜਿਹੜੇ ਰੈਫਰੀ ਨੇ ਉਹਨਾਂ ਨੇ ਸਾਡੇ ਨਾਲ ਪੱਖਪਾਤ ਕੀਤਾ ਆ ਤੇ ਉਹਨੇ ਦੋ ਤਿੰਨ ਕਲੇਮ ਕੀਤੀ ਆ ਤੇ ਉਹਨੇ ਇਹ ਸਟੇਟਮੈਂਟ ਦਿੱਤੀ ਆ ਕਹਿੰਦਾ ਵੀ ਬਰਾਜ਼ੀਲ ਨੂੰ ਤੁਸੀਂ ਉਦਾਂ ਹੀ ਵਰਲਡ ਕੱਪ ਦੇ ਦੋ ਉਹਨੇ ਏਡੀ ਵੱਡੀ ਸਟੇਟਮੈਂਟ ਦਿੱਤੀ ਤੇ ਉਹਨੇ ਇਹ ਵੀ ਕਿਹਾ ਕਹਿੰਦਾ ਮੈਂ ਸ਼ਰਤ ਲਾਉਣਾ ਕਿ ਇਸ ਵਾਰ ਵਰਲਡ ਕੱਪ ਬ੍ਰਾਜ਼ੀਲ ਜਿੱਤੂਗਾ ਕਹਿੰਦਾ ਤੁਸੀਂ ਉਹਨੂੰ ਉਦਾਂ ਹੀ ਵਰਲਡ ਕੱਪ ਦੇ ਦਿਓ ਉਹ ਕਹਿੰਦਾ ਵੀ ਸਾਡੀ ਟੀਮ 'ਚ ਰোনালਡੋ ਆ ਤੇ ਤੁਸੀਂ ਇਹਦੇ ਇਹਦੇ ਕਰਕੇ ਸਾਡੇ ਨਾਲ ਪੱਖਪਾਤ ਕੀਤੀ ਹੈ ਵੀ ਮੈਸੀ ਦੀਆਂ ਅਰਜנטיਨਾ ਦੀ ਰোনালਡੋ ਨਾਲ ਹਨਾ ਇੱਕ ਕੋਲ ਲੜਵਾਰ ਕਹਿ ਸਕਦੇ ਆ ਉਦਾਂ ਚੱਲੀ ਜਾਂਦੀ ਹੈ ਹਨਾ ਤੇ ਵੀ ਤਾਂ ਕਰਕੇ ਸਾਡੇ ਨਾਲ ਪੱਖਪਾਤ ਕੀਤਾ ਉਹਦੇ ਪੱਖਪਾਤ ਪਿੱਛੇ ਹਨਾ ਵੀ ਕੀ ਗੱਲਬਾਤ ਆ ਮੈਂ ਤੁਹਾਨੂੰ ਪੂਰੀ ਡਿਟੇਲ ਦੱਸੂਗਾ ਰੈਫਰੀਆਂ ਦੇ ਜਿਨ੍ਹਾਂ ਦੇ ਉਹ ਕਲੇਮ ਕਰ ਰਹੇ ਉਹਦਾ ਨਾਮ ਦੱਸੂਗਾ ਤੇ ਉਹਦੀ ਗੱਲ ਚ ਬਹੁਤ ਹੱਦ ਤੱਕ ਸਚਾਈ ਵੀ ਹੈ ਬਿਦ ਪ੍ਰੂਫ ਮੈਂ ਤੁਹਾਨੂੰ ਦੱਸਣਾ ਕਿਵੇਂ ਆ ਮੈਂ ਉਹਦੇ ਬਿਆਨ ਤੋਂ ਉਹਨੇ ਰਾਤ ਮੈਚ ਵੇਖਿਆ ਮੈਂ ਤੇ ਜੇ ਤੁਸੀਂ ਮੈਚ ਵੇਖਿਆ ਹੋਊਗਾ ਕਿ ਰੈਫਰੀ ਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਨੇ ਤੇ ਮੈਚ ਵੇਖਣ ਤੋਂ ਬਾਅਦ ਮੈਂ ਹਨਾ ਸਰਚ ਕੀਤੀ ਆ ਤੇ ਉਹਦੇ ਬਿਆਨ ਤੋਂ ਬਾਅਦ ਮੈਂ ਹੋਰ ਡੀਪਰ ਹੀ ਸਰਚ ਕੀਤਾ ਤਾਂ ਨੇ ਤੁਹਾਡੇ ਨਾਲ ਉਹਦੇ ਨਾਲ ਗੱਲਾਂ ਦੱਸਦਾ ਉਹਨੇ ਸਭ ਤੋਂ ਪਹਿਲਾਂ ਕਲੇਮ ਕੀਤਾ ਦੇਖੋ ਕਹਿੰਦਾ ਵੀ ਇੱਕ ਫੁੱਟਬਾਲ ਦੇ ਮੈਚ ਦੇ ਵਿੱਚ ਸਾਡੇ ਦੇ ਵਿੱਚ ਅਰਜنٹੀਨਾ ਦੇ ਰੈਫਰੀ ਨੂੰ ਲਾਉਣ ਦਾ ਮਤਲਬ ਕੀ ਆ ਹਨਾ ਮੈਂ ਰੈਫਰੀ ਵੀ ਇੱਕ ਦੋ ਨਹੀਂ ਪੁਰਤਗਾਲ ਦੇ ਮੈਂ ਕੱਲ ਦੇ ਮੈਚ ਦੇ ਵਿੱਚ ਅਰਜنٹੀਨਾ ਦੇ ਪੰਜ ਰੈਫਰੀ ਸੀ ਬਈ ਇੱਕ ਮੇਨ ਰੈਫਰੀ ਜਿਹਦਾ ਨਾਮ ਸੀਗਾ ਫੈਕੁੰਡੋ ਟੈਲੋ ਜਿਹੜਾ ਮੇਨ ਰੈਫਰੀ ਸੀਗਾ ਦੋ ਮੈਂ ਸਾਰਿਆਂ ਦੇ ਤੁਹਾਨੂੰ ਨਾਮ ਦੱਸਦਾ ਇੱਕ ਅਸਿਸਟੈਂਟ ਰੈਫਰੀ ਸੀਗਾ ਉਹਦਾ ਨਾਮ ਸੀਗਾ ਇਸ ਇਕਵਲ ਬਰੇਲੋ ਸੋਕੇ ਪਤਾ ਨਹੀਂ ਇਦਾਂ ਦੇ ਨਾਮ ਸੀਗਾ ਸਪਾਇਰਿੰਗ ਮੇਰੇ ਕੋਲ ਹਨਾ ਉਹਨਾਂ ਦਾ ਪ੍ਰੋਨਨਸिएशन ਲੱਗ ਹੈ ਇੱਕ ਗੈਬਰੀਅਲ ਸ਼ੇਡ ਦੋ ਅਸਿਸਟੈਂਟ ਰੈਫਰੀ ਸੀਗੇ ਇੱਕ ਇਹਨਾਂ ਦਾ ਵਾਰ ਸਿਸਟਮ ਹੁੰਦਾ ਦੇਖਣ ਵਾਸਤੇ ਉਹਦਾ ਰੈਫਰੀ ਸੀਗਾ ਜਿਹੜਾ ਮੌਰ ਮੋਰੋ ਬੇਗਲਾਨੋ ਉਹਦਾ ਨਾਮ ਹੈਗਾ ਤੇ ਇੱਕ ਡੀਗੋ ਬੌਨਫਾ ਉਹਦਾ ਅਸਿਸਟੈਂਟ ਸੀਗਾ ਇਹ ਤੇ ਇੱਕ ਜਿਹੜਾ ਮੇਨ ਰੈਫਰੀ ਜਿਹਦਾ ਮੈਂ ਪਹਿਲਾਂ ਨਾਮ ਦੱਸਣਾ ਟੈਲੋ ਇਹ ਪੰਜ ਰੈਫਰੀ ਸੀਗੇ ਠੀਕ ਹੈ ਇਹ ਜਿਹੜਾ ਟੈਲੋ ਆ ਹਨਾ ਮੈਂ ਹੁਣ ਉਹਦੇ ਬਾਰੇ ਉਹਨੇ ਤਾਂ ਕੁਛ ਘੱਟ ਕਲੇਮ ਕੀਤੇ ਮੈਂ ਮੈਂ ਹੋਰ ਜ਼ਿਆਦਾ ਸਰਚ ਕੀਤੀ ਆ ਤਾਂ ਮੈਂ ਤੁਹਾਨੂੰ ਹੋਰ ਦੱਸਦਾ ਇਹਦੇ ਕਲੇਮ ਕਿਉਂ ਸਹੀ ਪੈ ਰਹੇ ਆ ਜਦੋਂ ਤੁਸੀਂ ਮੈਚ ਦੇਖੋਗੇ ਤੁਸੀਂ ਮੈਚ ਵੇਖਿਆ ਹੋਊਗਾ ਕਿ ਫਸਟ ਹਾਫ ਦੇ ਵਿੱਚ ਜਿਹੜਾ ਉਹਨਾਂ ਦਾ ਫਰਨਾਂండో ਸੀਗਾ ਉਹਨੇ ਕੀ ਕੀਤਾ ਆ ਉਹ ਡੀ ਦੇ ਵਿੱਚ ਗਿਆ ਆ ਜਿਹਨੂੰ ਡੀ ਕਹਿੰਦੇ ਆ ਛੋਟੀ ਡੀ ਵੱਡੀ ਡੀ ਉਦੇ ਵਿੱਚ ਉਹਨੂੰ ਤਿੰਨਰ ਬੰਦਿਆਂ ਨੇ ਸਿੱਟ ਲਿਆ ਫਸਟ ਹਾਫ ਦੇ ਐਂਡ ਐਂਡ ਦੇ ਵਿੱਚ ਤੇ ਉਥੇ ਪਲੰਟ ਪੈਨਲਟੀ ਡਿਜ਼ਰਵ ਕਰਦਾ ਸੀਗਾ ਬਟ ਉਹਨੇ ਦਿੱਤੀ ਨਹੀਂ ਹਨਾ ਉਹਦੇ ਉਹਨਾਂ ਦੇ ਰੈਫਰੀ ਉਹਨੇ ਜਿਹੜਾ ਕੈਪਟਨ ਉਹਨਾਂ ਦਾ ਪੇਪੇ ਉਹਨੇ ਹੋਰ ਵੀ بڑے ਇਲਜ਼ਾਮ ਲਾਏ ਆ ਉਹ ਕਹਿੰਦਾ ਵੀ ਜਦੋਂ 1-0 ਨਾਲ ਅੱਗੇ ਹੋ ਗਏ ਕਹਿੰਦਾ ਵੀ ਗੋਲ ਕੀ ਧਰਤੀ ਤੇ ਲਟਿਆ ਰਹਿੰਦਾ ਸੀਗਾ ਬਾਲ ਫੜ ਕੇ ਕਹਿੰਦਾ ਇਹਨੇ ਦੋ ਵਾਰ ਵਰਨਿੰਗ ਦਿੱਤੀ ਕਹਿੰਦਾ ਜਦੋਂ ਦੋ ਵਾਰ ਵਰਨਿੰਗ ਦੇ ਦੇ ਉਹਨੂੰ ਤੀਜੀ ਵਾਰ ਨੂੰ ਕਾਰਡ ਸ਼ੋਅ ਕਰਨਾ ਚਾਹੀਦਾ ਸੀ ਪਰ ਉਹਨੂੰ ਨਹੀਂ ਕੀਤਾ ਹੈਨਾ ਇਹ ਉਹਦੀ ਸਟੇਟਮੈਂਟ ਹੈ ਕਹਿੰਦਾ ਉਹ ਵਾਰਨਿੰਗ ਦੇ ਬਾਅਦ باوجود ਕੁਝ ਵੀ ਨਹੀਂ ਕੀਤਾ ਉਹਨੇ ਹੈਨਾ ਤੇ ਐਕਸਟਰਾ ਟਾਈਮ ਸਿਰਫ 8 ਮਿੰਟ ਮਿਲਿਆ ਜਦਕਿ ਤਿੰਨ ਵਾਰੀ ਚਾਰ ਇੱਕ ਵਾਰ ਉਹਨਾਂ ਦਾ ਬੰਦਾ ਸਟ੍ਰਕਚਰ ਤੇ ਪਾ ਕੇ ਲੈ ਕੇ ਗਏ ਆ ਤੇ ਹੋਰ بڑا ਕੁਝ ਕੀਤਾ ਇਹ ਉਹਦੇ ਉਹਦੇ ਬਿਆਨ ਸੀਗੇ ਮੇਰੀ ਸਟੇਟਮੈਂਟ ਨਹੀਂ ਉਹਦੀਆਂ ਸਟੇਟਮੈਂਟਾਂ ਨੇ ਹੈਨਾ ਤੇ ਉਦੋਂ ਬਾਅਦ ਤੁਹਾਨੂੰ ਮੈਂ ਦੱਸ ਦਾਂ ਕਹਿੰਦਾ ਵੀ ਉਹਨੇ ਵਾਰ ਨਹੀਂ ਚੈੱਕ ਕੀਤਾ ਕਹਿੰਦਾ ਸੀ ਅਪੀਲ ਕੀਤੀ ਆ ਉਹਨੇ ਬੜੀ ਬੜੀਆਂ ਸਟੇਟਮੈਂਟਾਂ ਦਿੱਤੀਆਂ ਕਹਿੰਦਾ ਵੀ ਜਿਹੜੇ ਤੇ ਜਦੋਂ ਮੈਂ ਸਰਚ ਕੀਤੀ ਜਿਹੜੇ ਰੈਫਰੀ ਦੀ ਗੱਲ ਕਰਦੇ ਆ ਨਾ ਇਹਦੀ ਆਪਣਾ ਟੈਲੋ ਦੀ ਫਕੂੰਡੋ ਟੈਲੋ ਦੀ ਇਹਨੇ ਅੱਜ ਤੱਕ ਕੋਈ ਵਰਲਡ ਕੱਪ ਕੋਈ ਚੈਂਪੀਅਨ ਲੀਗ ਇਹ ਵਰਲਡ ਕੱਪ ਤੋਂ ਪਹਿਲਾਂ ਕੋਈ ਵਰਲਡ ਕੱਪ ਕੋਈ ਚੈਂਪੀਅਨ ਲੀਗ ਦਾ ਮੈਚ ਦੇ ਵਿੱਚ ਰੈਫਰੀ ਨਹੀਂ ਕੀਤੀ ਐਡੇ ਵੱਡੇ ਸਿੱਧਾ ਇਵੈਂਟ ਤੇ ਲਾਤਾ ਹੁਣ ਤੱਕ ਮੈਂ ਚੈੱਕ ਕੀਤਾ ਹੁਣ ਤੱਕ ਇਹਨੇ ਸਿਰਫ 3 ਮੈਚਾਂ ਦੇ ਵਿੱਚ ਰੈਫਰੀ ਕੀਤੀ ਤੇ 3 ਮੈਚਾਂ ਦੇ ਵਿੱਚੋਂ 2 ਮੈਚ ਪੁਰਤਗਾਲ ਦੇ ਸੀਗੇ ਤੇ ਇਹ ਇੱਕ ਇਤਫਾਕ ਦੀ ਗੱਲ ਨਹੀਂ ਕਿ ਵਰਲਡ ਕੱਪ ਦੇ ਵਿੱਚ ਹੁਣ ਤੱਕ ਪੁਰਤਗਾਲ ਸਿਰਫ 2 ਮੈਚ ਹਾਰਿਆ ਇੱਕ ਕੋਰੀਆ ਤੋਂ ਤੇ ਇੱਕ ਇੱਕ ਮਰਾਕੋ ਤੋਂ ਤੇ ਦੋਨਾਂ ਮੈਚਾਂ ਦੇ ਵਿੱਚ ਰੈਫਰੀ ਇਹ ਹੋ ਸੀਗਾ ਇਹ ਮਹਿਜ਼ ਇੱਕ ਇਤਫਾਕ ਇਤਫਾਕ ਦੀ ਗੱਲ ਨਹੀਂਗੀ ਹਣਾ ਸੋ ਉਹਨਾਂ ਨੇ ਇਲਜ਼ਾਮ ਲਾਇਆ ਉਹ ਪੇਪੇ ਨੇ ਦੇਖੋ ਐਡੀ ਵੱਡੀ ਸਟੇਟਮੈਂਟ ਦੇ ਦੇਣੀ ਕਹਿੰਦਾ ਵੀ ਸਾਡੇ ਪੁਰਤਗਾਲ ਤੋਂ ਕੋਈ ਰੈਫਰੀ ਨਹੀਂ ਕਿਸੇ ਦੇ ਵਿੱਚ ਹਨਾ ਤੇ ਅਰਜنٹੀਨਾ ਜਿਹਦੀ ਮੈਸੀ ਨਾਲ ਲੱਗਦੀ ਆ ਰनाल्डੋ ਦੀ ਤੇ ਉਹਦੇ ਇੱਕ ਮੈਚ ਦੇ ਵਿੱਚ 6-7 ਰੈਫਰੀਆਂ ਤੋਂ ਵਿੱਚੋਂ ਪੰਜ ਰੈਫਰੀ ਅਰਜنٹੀਨਾ ਦੇ ਖੜਾ ਦੇਣੇ ਇਹ ਆਪਣੇ ਆਪ ਦੇ ਵਿੱਚ ਹਨਾ ਇਹਨੂੰ ਫਿਕਸਿੰਗ ਵੱਲ ਇਸ਼ਾਰਾ ਕਰ ਰਹੇ ਆ ਹਨਾ ਫਿਕਸਿੰਗ ਜਾਂ ਪੱਖਪਾਤ ਦੇਖੋ ਮੈਂ ਕੋਲੋਂ ਕੋਈ ਨਹੀਂ ਕੁਝ ਨਹੀਂ ਕਹਿ ਰਿਹਾ ਇਹ ਕੱਲ ਮੈਚ ਹਾਰਨ ਤੋਂ ਬਾਅਦ ਪੇਪੇ ਦੀ ਸਟੇਟਮੈਂਟ ਆ ਰਾਈਟ ਤੇ ਉਦੋਂ ਬਾਅਦ ਇਹ ਪਹਿਲਾ ਮੌਕਾ ਨਹੀਂ ਜਦੋਂ ਇਸ ਵਰਲਡ ਕੱਪ ਤੇ ਫੇਕਿੰਗ ਦੇ આરોਪ ਲੱਗੇ ਆ ਇਹ ਉਹਨਾਂ ਦੀ ਅਫੀਸ਼ੀਅਲ ਸਟੇਟਮੈਂਟ ਤੁਹਾਨੂੰ ਇੱਕ ਹੋਰ ਦੱਸਦਾ ਕਤਰ ਦੇ ਵਿੱਚ ਕਕਰ ਕਤਰ ਕਰਾ ਰਿਹਾ ਕਤਰ ਬਾਰੇ ਮੈਂ ਤੁਹਾਨੂੰ ਕੁਝ ਦੱਸਦਾ ਕਤਰ 30 ਲੱਖ ਦੀ ਜਿਹੜੀ ਆ ਉਹਦੀ ਆਬਾਦੀ ਆ ਕਤਰ ਦੀ ਬਹੁਤ ਛੋਟਾ ਮੁਲਕ ਆ ਆਪਣੇ ਹਿੰਦੁਸਤਾਨ ਦੀ 140 ਕਰੋੜ ਆ ਉਹਦੀ 29-30 ਲੱਖ ਆਬਾਦੀ ਆ ਕਤਰ ਦੀ ਠੀਕ ਹੈ ਤੇ ਜਿੱਦੋਂ ਵਰਲਡ ਕੱਪ ਸ਼ੁਰੂ ਹੋਇਆ ਉਹਨਾਂ ਨੇ ਬਹੁਤ ਲੋਕਾਂ ਨੂੰ ਜਿਹੜੇ ਲੋਕ ਦੇਖਣਾ ਸੀ ਤੁਸੀਂ ਦੇਖਿਓ ਵੀ ਕੁਰਸੀਆਂ ਦੇ ਉੱਤੇ ਝੋਲੇ ਭਰੇ ਪਏ ਸੀਗੇ ਝੋਲੇ ਤੇ ਝੋਲਿਆਂ ਦੇ ਵਿੱਚ ਹਰ ਇੱਕ ਨੂੰ ਕਿਸੇ ਨੂੰ ਕੁਝ ਗਿਫਟ ਹਰ ਇੱਕ ਨੂੰ ਸੇਮ ਗਿਫਟ ਦਿੱਤੇ ਮਤਲਬ ਪਰਫਿਊਮ ਦਿੱਤਾ ਓਡ ਦਾ ਹਨਾ ਤੇ ਹੋਰ ਹੋਰ ਬੜਾ ਕੁਝ ਗਿਫਟ ਟੀ-ਸ਼ਰਟਾਂ ਦਿੱਤੀਆਂ ਨੇ ਵਰਲਡ ਕੱਪ ਦੀਆਂ ਹਰ ਇੱਕ ਬੰਦੇ ਨੂੰ ਗਿਫਟ ਕੀਤਾ ਹਨਾ ਫ੍ਰੀ ਸਾਈਜ਼ ਟੀ-ਸ਼ਰਟਾਂ ਦਿੱਤੀਆਂ 200 ਪਲੱਸ ਬਿਲੀਅਨ ਮਿਲੀਅਨ ਨੇ 200 ਬਿਲੀਅਨ ਜਿਹੜਾ ਉਹਨਾਂ ਨੇ ਖਰਚਾ ਕੀਤਾ ਕਈ ਸੌ ਕਰੋੜ ਬਣ ਜਾਂਦਾ ਇਹਦਾ ਤੇ ਕਮਾਲ ਦੀ ਗੱਲ ਹੈ ਵੀ ਉਹਨੇ ਨਾ ਜਦੋਂ ਗਿਫਟ ਦਿੱਤੇ ਉਹਨੇ ਫੋਟੋ ਨਹੀਂ ਲਈ ਆਪਣੇ ਤੁਸੀਂ ਦੇਖਿਆ ਹੋਊਗਾ ਮੋਦੀ ਸਾਹਿਬ ਜਾਂ ਬਾਦਲ ਸਾਹਿਬ ਸਾਰੇ ਫੋਟੋ ਲਾਉਂਦੇ ਆ ਬਾਦਲ ਨੇ ਭਾਂਡਿਆਂ ਤੇ ਲਾਤੀ ਸੀ ਆ ਨਵੀਂ ਝਾੜੂ ਵਾਲੀ ਸਰਕਾਰ ਦੇ ਮੀਤ ਹਰ ਨੇ ਤਾਂ ਖਾਲੀ ਲਿਫਾਫੇ ਦਿੱਤੇ ਲੋਕਾਂ ਨੂੰ ਖਾਲੀ ਉਹਨਾਂ ਤੇ ਵੀ ਭਗਵੰਤ ਮਾਤਾ ਤੇ ਮੀਤਿਹੜ ਦੀ ਫੋਟੋ ਸੀਗੀ ਹਨਾ ਉਹ ਤੇ ਚਲੋ ਚੀਜ਼ਾਂ ਦੰਦੇ ਸੀ ਬਾਦਲ ਨੇ ਸਾਈਕਲ ਤੇ ਲਾਏ ਭਾਂਡਿਆਂ ਤੇ ਲਾਏ ਮੋਦੀ ਨੇ ਹਨਾ ਰਾਸ਼ਨ ਵਗੈਰਾ ਤੇ ਲਾਏ ਤੇ ਆਪ ਸਰਕਾਰ ਨੇ ਜਿਹੜੀ ਆ ਉਹ ਖਾਲੀ ਲਿਫਾਫਿਆਂ ਤੇ ਵੀ ਫੋਟੋ ਲਾਈ ਹਨਾ ਪਰ ਉੱਥੇ ਉਹਨੇ ਕੋਈ ਕੋਈ ਫੋਟੋ ਨਹੀਂ ਲਾਈ ਉਹਨਾਂ ਨੇ ਨਵਾਂ ਦੇਖੋ ਜਿੱਥੇ ਉਹਨਾਂ ਵਰਲਡ ਕੱਪ ਕਰਾ ਰਹੇ ਉਹਨਾਂ ਦੀ ਮਿਹਨਤ ਬਾਰੇ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਵਰਲਡ ਕੱਪ ਕਰਾ ਰਹੇ ਉਹ ਬਿਲਕੁਲ ਰੇਤਾ ਰੇਗਿਸਤਾਨ ਸੀਗਾ ਉਹਨਾਂ ਨੇ 8 ਸਟੇਡੀਅਮ ਡਿਵੈਲਪ ਕੀਤੇ 8 ਨਵੀਆਂ ਸਿਟੀਆਂ ਡਿਵੈਲਪ ਆਇਰਪੋਰਟ ਬਣਾਇਆ ਇੱਕ ਬਹੁਤ ਵੱਡਾ ਸਿਰਫ ਵਰਲਡ ਕੱਪ ਵਾਸਤੇ ਠੀਕ ਹੈ ਤੇ ਉਹਨਾਂ ਨੇ ਇੱਕ ਸਟੇਡੀਅਮ ਬਣਾਇਆ ਜਿਹੜਾ ਡਿਸਮੈਂਟਲ ਹੋ ਜਾਂਦਾ ਡਿਸਮੈਂਟਲ ਮਤਲਬ ਬਣਾਉਣ ਤੋਂ ਬਾਅਦ ਉਹ ਉਹਨੂੰ ਉਹਨਾਂ ਨੇ ਦੁਬਾਰਾ ਖੋਲ ਲਿਆ ਹਨ ਨਟ-ਬੋਟ ਇਦਾਂ ਦਾ ਸਟੇਡੀਅਮ ਤਿਆਰ ਕੀਤਾ ਜਿਹੜਾ ਮੇਨ ਸੀਗਾ ਉਹਦਾ ਸਟੇਡੀਅਮ ਦਾ ਨਾਮ ਸੀਗਾ 974 974 ਉਹਦਾ ਕਾਰਨ ਇਹ ਸੀਗਾ ਵੀ ਉਹਨਾਂ ਦਾ ਕੋਡ ਆ ਜਿਹੜਾ 974 ਆ ਜਿੱਦਾਂ ਹੁਣ ਇੰਡੀਆ ਦਾ 91 ਹੈ ਨਾ +91 +99 ਅਮਰੀਕਾ ਕੈਨੇਡਾ ਦਾ +1 ਆਸਟ੍ਰੇਲੀਆ ਦਾ 61 ਆ ਐਦਾਂ ਉਹਨਾਂ ਦਾ 974 ਕੋਡ ਆ ਠੀਕ ਆ ਉਹ ਡਿਸਮੈਂਟਲ ਹੁੰਦਾ ਸਟੇਡੀਅਮ ਤੇ ਉੱਥੇ ਉਹਨਾਂ ਨੇ ਨਾ ਜਿੰਨਾ ਚਿਰ ਵਰਲਡ ਕੱਪ ਚੱਲੂਗਾ ਸ਼ਹਿਰ ਦੇ ਵਿੱਚ ਪਬਲਿਕ ਟਰਾਂਸਪੋਰਟ ਟੈਕਸੀ ਵਾਈਫਾਈ ਸਾਰਾ ਕੁਝ ਫ੍ਰੀ ਆ ਲੋਕਾਂ ਨੂੰ ਕਹਿ ਰਹੇ ਨੇ ਨਜ਼ਾਰੇ ਲਓ ਹਨਾ ਆਪਦੇ ਉਹਨਾਂ ਨੇ ਆਪਦੀ ਪਛਾਣ ਬਣਾਈ ਆ ਪਰ ਮੈਂ ਫੈਕਸਿੰਗ ਦੀ ਗੱਲ ਕਰਦਾ ਸੀ ਜਿੱਦੇ ਪਹਿਲਾ ਮੈਚ ਸੀਗਾ ਕਤਰਦਾ ਇਕਵਾਡੋਰ ਨਾਲ ਹਨਾ ਇਕਵਾਡੋ ਇਕਵਾਡੋਰ ਕਹਿੰਦੇ ਆ ਉਹਨੂੰ ਉਹਨਾਂ ਨਾਲ ਮੈਚ ਹੈਗਾ ਤੇ ਉਹਨਾਂ ਦੇ 8 ਪਲੇਅਰਾਂ ਤੇ ਹਨਾ ਇਹ ਇਲਜ਼ਾਮ ਲੱਗੇ ਆ ਵੀ 8 ਪਲੇਅਰਾਂ ਨੂੰ ਕਤਰ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਆ ਵੀ ਤੁਸੀਂ 74 ਮਿਲੀਅਨ ਪਤਾ ਨਹੀਂ ਕਿੰਨੇ ਦੱਸਦੇ ਆ ਉਹ ਵੀ ਇੰਨੇ ਪੈਸੇ ਲਓ ਤੇ ਕਤਰ ਤੋਂ ਫਸਟ ਮੈਚ 1-0 ਨਾਲ ਹਾਰ ਜੋ ਇਹਦੀ ਚੈਕਿੰਗ ਹੋ ਰਹੀ ਆ ਪਹਿਲੇ ਮੈਚ ਦੀ ਹਾਲਾਂਕਿ ਉਹ ਹਾਰੇ ਨਹੀਂ ਹਾਰ ਜਿੱਤ ਕਤਰ ਹਾਰ ਗਿਆ ਤੇ ਉਹ ਇੱਕ ਵਾਰ ਔਰ ਜਿੱਤ ਗਿਆ ਸੀਗਾ ਪਰ ਉਹਨਾਂ ਨੇ ਅਪਰੋਚ ਕੀਤੀ ਇੱਕ ਵਾਰ ਔਰ ਦੇ 8 ਪਲੇਅਰਾਂ ਨਾਲ ਵੀ ਤੁਸੀਂ ਹਾਰ ਜੋ ਤੁਹਾਡੇ ਅਸੀਂ ਘਰ ਭਰ ਦਾਂਗੇ ਨੋਟਾਂ ਨਾਲ ਵੀ ਇੱਕ ਵਾਰ ਤੇ ਇਹੀ ਇਹ ਵੀ ਕਿਹਾ ਜਾਂਦਾ ਕਿ ਕਤਰ ਨੇ ਆਪਦਾ ਪਹਿਲਾ ਮੈਚ ਇੱਕ ਵਾਰ ਔਰ ਨਾਲ ਕਰਵਾਇਆ ਹੀ ਤਾਂ ਹੈਗਾ ਵੀ ਹਣਾ ਵੀ ਵੀ ਪਹਿਲੇ ਮੈਚ ਦਰਸ਼ਕ ਵੱਧ ਆਉਣਗੇ ਤੇ ਸਾਡੀ ਸ਼ਾਪ ਜਾਊਗੀ ਕਿਉਂਕਿ ਓਪਨਿੰਗ ਮੈਚ ਸੀਗਾ ਓਪਨਿੰਗ ਸੈਰਮਨੀ ਤੋਂ ਬਾਅਦ ਚਲੋ ਆਪਾਂ ਅਰਜਨਟੀਨ ਨਾਲੇ ਮੁੱਦੇ ਦੇ ਵਾਪਸ ਆਉਨੇ ਆ ਹੁਣ ਜੇ ਅਰਜਨਟੀਨ ਉਹਦੇ ਐਡੇ ਵੱਡੇ ਦੇਖੋ ਪੇਪੇ ਮੈਂ ਤੁਹਾਨੂੰ ਗੱਲ ਦੱਸਦਾ ਉਹ ਬਹੁਤ ਵੱਡਾ ਪਲੇਅਰ ਆ ਤੁਸੀਂ ਫੋਟੋਆਂ ਦੇਖੂਗਾ ਤਿੰਨ ਚਾਰ ਵਰਲਡ ਕੱਪ ਮੇਰੇ ਖਿਆਲ ਚ ਖੇਡ ਚੁੱਕਿਆ ਆ ਕੱਲ ਵੀ ਜੇ ਤੁਸੀਂ ਮੈਚ ਦੇਖਿਆ ਹੋਊਗਾ ਉਹਦੇ ਲੈਫਟ ਆਰਮ ਤੇ ਨਾ ਸੱਟ ਲੱਗੀ ਹੋਈ ਸੀਗੀ ਖੱਬੇ ਬਾਹ ਤੇ ਇੰਜਰ ਇੰਜਰੀ ਹੋਈ ਸੀਗੀ ਬਾ ਇਦਾਂ ਨਾਂ ਲਾ ਕੇ ਇਹ ਭੱਜਦਾ ਰਿਹਾ ਤੇ ਇਦਾਂ ਹੀ ਖੇਡਿਆ ਹੋਣਾ ਐਡੀ ਡੈਡੀਕੇਸ਼ਨ ਸੀਗੀ ਤੇ ਸਾਰੇ ਰੋਣ ਲੱਗ ਗਏ ਹਨਾ ਵਰਲਡ ਕੱਪ ਮੈਚ ਤੋਂ ਬਾਅਦ ਰোনালਡੋ ਨੇ ਵੀ ਪਰ ਮੈਚ ਤੋਂ ਬਾਅਦ ਉਹਨੇ ਇੰਨੇ ਐਡੀਆਂ ਵੱਡੀਆਂ ਸਟੇਟਮੈਂਟਾਂ ਦਿੱਤੀਆਂ ਸਾਰੀ ਦੁਨੀਆ ਦੇ ਵਿੱਚ ਹਲਚਲ ਮੱਚੀ ਪਈ ਹੈ ਤੇ ਜੇ ਅਰਜਨਟੀਨਾ ਚੈਂਪੀਅਨ ਬਣਦਾ ਆ ਹਨਾ ਤੇ ਫਿਰ ਇਹ ਸਵਾਲ ਬਹੁਤ ਜ਼ਿਆਦਾ ਉੱਠਣਗੇ ਕਿ ਕੀ ਇਦਾਂ ਪੱਖਪਾਤ ਹੁੰਦਾ ਹੈ ਕਿ ਵਰਲਡ ਕੱਪ ਫਿਕਸ ਹੈ ਹਨਾ ਦੇਖੋ ਇਹਨਾਂ ਜੋ ਮੇਰਾ ਕਲੇਮ ਕੋਈ ਨਹੀਂ ਮੈਂ ਤੁਹਾਨੂੰ ਸਾਰੀਆਂ ਪੇ ਪੇਪੇ ਦੀਆਂ ਸਟੇਟਮੈਂਟਾਂ ਦੱਸ ਰਿਹਾ ਹਾਂ ਆ ਤੇ ਉਹਨੇ ਵਿੱਦ ਪ੍ਰੂਫ ਗੱਲ ਕੀਤੀ ਆ ਮੈਂ ਵੀ ਹਾਂ ਸਰਚ ਕੀਤੇ ਆ ਮੈਂ ਸਾਰੇ ਰੈਫਰੀਆਂ ਤੇ ਉਹਨੇ ਰੈਫਰੀਆਂ ਤੇ ਕਿਸੇ ਦੇ ਨਾਂ ਨਹੀਂ ਲਏ ਮੈਂ ਤੁਹਾਨੂੰ ਪੰਜੇ ਰੈਫਰੀਆਂ ਦੇ ਕੱਲ ਵਾਲੇ ਲੱਭ ਕੇ ਨਾਂ ਦੱਸੇ ਆ ਤੇ ਜਿਹੜੇ ਰੈਫਰੀ ਦੀ ਮੈਂ ਗੱਲ ਕੀਤੀ ਉਹ ਸਿਰਫ ਹੁਣ ਤੱਕ ਤਿੰਨ ਮੈਚਾਂ ਦੇ ਵਿੱਚ ਰੈਫਰੀ ਕੀਤੀ ਆ ਉਹਨੇ ਅੱਜ ਤੋਂ ਪਹਿਲਾਂ ਇਸ ਵਰਲਡ ਕੱਪ ਤੋਂ ਪਹਿਲਾਂ ਕਿਤੇ ਵਰਲਡ ਕੱਪ ਦੇ ਵਿੱਚ ਰੈਫਰੀ ਨਹੀਂ ਹੋਇਆ ਤੇ ਤਿੰਨ ਮੈਚਾਂ ਦੇ ਵਿੱਚ ਰੈਫਰੀ ਬਣਿਆ ਉਹ ਇੱਕ ਵਰਜੀਨਿਆ ਲੈਨ ਤੇ ਕੈਮਰੂਨ ਦੇ ਵਿੱਚ ਤੇ ਦੋ ਇਹਨਾਂ ਦੇ ਪੁਰਤਗਾਲ ਦੇ ਤੇ ਕਮਾਲ ਦੀ ਗੱਲ ਆ ਪੁਰਤਗਾਲ ਦੋਨੇ ਮੈਚ ਹਾਰਦੀ ਆ ਉਸ ਰੈਫਰੀ ਦੇ ਬਾਅਦ ਤੇ ਜੇ ਤੁਸੀਂ ਕੱਲ ਦਾ ਮੈਚ ਦੇਖਿਆ ਹੋਊਗਾ ਤੇ ਉਹ ਤੁਸੀਂ ਅਬਜ਼ਰਵ ਕੀਤਾ ਹੋਊਗਾ ਕਿ ਰੈਫਰੀ ਵਾਕਿਆ ਹੀ ਪੱਖਪਾਤ ਕਰ ਰਿਹਾ ਸੀ ਉਹਨਾਂ ਨੂੰ ਪਲਾਂਟੀ ਮਰ ਰਹੀ ਸੀ ਉਹ ਦੇ ਦਿੱਤੀ ਨਹੀਂ ਤੇ ਕਿੰਨੀ ਵਾਰ ਉਹਨਾਂ ਨੇ ਫੌਲ ਫੌਲ ਕੀਤਾ ਤੇ ਕਿੰਨੀ ਵਾਰ ਟਾਈਮ ਕੰਜ਼ਿਊਮ ਕੀਤਾ ਨਾ ਤੇ ਨਾਰਮਲ ਜਿਵੇਂ ਹੁਣ ਪਿਛਲੇ ਮੈਚ ਦੇ ਵਿੱਚ ਜਿਹੜਾ ਨੀਦਰਲੈਂਡ ਦੇ ਹਾਂ ਸੱਚ ਨੀਦਰਲੈਂਡ ਤੇ ਜਿਹੜਾ ਅਰਜنٹੀਨਾ ਦਾ ਮੈਚ ਵਿੱਚ ਮੈਚ ਸੀਗਾ ਉਹਦੇ ਵਿੱਚ ਵੀ ਬਹੁਤ ਰੈਫਰੀ ਦਾ ਰੌਲਾ ਪਿਆ ਕਿ ਰੈਫਰੀ ਨੇ ਇਦਾਂ ਕੀਤਾ ਉਦਾਂ ਕੀਤਾ ਉਹਦੇ ਵਿੱਚ 16 ਜਾਂ 18 ਆਈ ਥਿੰਕ yellow card ਸ਼ੋਅ ਕੀਤੀਆਂ ਨੀਦਰਲੈਂਡ ਨੇ ਵੀ ਉਸ ਮੈਚ ਦੇ ਵਿੱਚ ਬਹੁਤ ਰੌਲਾ ਪਾਇਆ ਕਿ ਸਾਡੇ ਨਾਲ ਪੱਖਪਾਤ ਹੋਈ ਆ ਅਰਜنٹੀਨਾ ਨੂੰ ਫਾਇਦਾ ਹੋਇਆ ਹਨਾ ਸੋ ਇਹ ਰੈਫਰੀਆਂ ਦੇ ਉੱਤੇ ਸਵਾਲ ਉੱਠ ਰਹੇ ਆ ਤੇ ਇੱਕ ਮੈਚ ਦੇ ਵਿੱਚ ਪੰਜ ਰੈਫਰੀ ਆਉਣੇ ਤੇ ਅਰਜنٹੀਨਾ ਦੇ ਜਿਹੜੀ ਕਿ ਕਰੰਟ ਤੌਰ ਤੇ ਖੇਡ ਰਹੀ ਆ ਇਹ ਰੂਲ ਆ ਉਹਨਾਂ ਦਾ ਮੇਰੇ ਖਿਆਲ ਚ ਵੀ ਜਿਹੜੀ ਨੇਸ਼ਨ ਖੇਡ ਰਹੀ ਹੈ ਉਹਨਾਂ ਦੇ ਐਡੇ ਵੱਡੇ ਲੈਵਲ ਤੇ ਰੈਫਰੀ ਤੇ ਕਦੇ ਵੀ ਨਹੀਂ ਹੋ ਸਕਦੇ ਪੁਰਤਗਾਲ ਦੇ ਤੇ ਹੈ ਨਹੀਂ ਹਨਾ ਤੇ ਅਰਜੰਟੀਨਾ ਦੇ ਰੈਫਰੀਆਂ ਦਾ ਆਉਣਾ ਤੇ ਦੋ ਮੈਚ ਪੁਰਤਗਾਲਾਂ ਦੇ ਪੁਰਤਗਾਲ ਦੇ ਦੋ ਮੈਚਾਂ ਚ ਉਸ ਰੈਫਰੀ ਦਾ ਹਣਨਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਮੈਸੀ ਤੇ ਰonaldo ਦੀ ਕਿੰਨੀ ਹਨਾ ਆਪਦੇ ਵਿੱਚ ਖਹਿਵਾ ਜੀ ਆ ਤੇ ਦੋਨੇ ਮੈਚਾਂ ਦੇ ਵਿੱਚ ਪੁਰਤਗਾਲ ਦਾ ਹਾਰ ਜਾਣਾ ਇਹ ਬਹੁਤ ਵੱਡੇ ਸਵਾਲ ਸਵਾਲ ਖੜੇ ਕਰਦਾ ਆ ਤੇ ਜੇ ਕਿਤੇ ਅਰਜਨਟੀਨਾ ਵਰਲਡ ਕੱਪ ਜਿੱਤਦਾ ਆ ਤੇ ਇਹ ਸਵਾਲ ਹੋਰ ਵੀ ਬਹੁਤ ਵੱਡੇ ਹੋ ਜਾਣਗੇ ਸੋ ਮੈਨੂੰ ਲੱਗਦਾ ਸੀ ਵੀ ਇਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਤੇ ਤਾਂ ਕਰਕੇ ਮੈਂ ਇਹ ਵੀਡੀਓ ਬਣਾਈ ਆ ਜੇ ਤੁਹਾਨੂੰ ਪਸੰਦ ਆਈ ਹੋਵੇ ਤੁਸੀਂ ਤੁਹਾਨੂੰ ਕੁਝ ਲੱਗਦਾ ਹੋਵੇ ਕੁਝ ਗਲਤ ਲੱਗਦਾ ਹੋਵੇ ਤੁਹਾਡੇ ਕੀ ਵਿਚਾਰ ਨੇ ਉਹ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਧੰਨਵਾਦ